हाँ जी बेटे, गुड मॉर्निंग सारे नू। हाँ जी, अज का जेड़ा साड़ा टॉपिक है वो है विश्वीकरण। पहला अपना टॉपिक लिखो, विश्वीकरण, भारत अते विश्वीकरण, इंडिया एंड ग्लोबलाइजेशन। भारत अते विश्वीकरण, इंडिया एंड ग्लोबलाइजेशन। हाँ जी, पहला यह इहदा बेस सारे उपर मुंह करके पहला बेस समझो, फिर असी अगे चलांगे। तुहानू मैं दस्सिया सी भी क्योंकि असी हुण बी सैकेंड टर्म च साडे कोल लैसन चल रहे है फॉरन पॉलिसी ते। फॉरन पॉलिसी मैंने विदेश नीति, जिद जदों साडा संबंध कल्ले भारत नाल नहीं बल्कि दूजे संसार दे देशां दे नाल भी है। उहदे विच तुसी भारत दी विदेश नीति वाला लैसन कीता कीता जी, भारत अते सार्क कीता, भारत अते यूएनओ यूनाइटेड नेशनस कीता। ठीक है, एक असी भारत अते जो संसार दीयां समस्यावां, इस वेले संसार दे विच बहुत समस्यावां चल रही है, काफी समस्यावां ने जिहड़ी सारे संसार दीयां, उन्हां विचों तीन समस्यावां तुहाडे सिलेबस दे विच ने। केड़ी केड़ी है? नंबर एक मनुखी अधिकार, कि मनुखी अधिकार आदा, ठीक है, उहदे प्रति भारत का की दृष्टिकोण है। दूसरी समस्या असी कीती सी शस्त्रीकरण या निशस्त्रीकरण, डिजारमामेंट। हुण तुहाडे सामने रूस ते यूक्रेन विच युद्ध चल रहे हैं, देख लिया तुसी सारिआं ने, उह युद्ध दे किन्ने माड़े परिणाम निकल रहे आ तुसी देख रहे हो। जिन्हां बच्चे, जिन्हां भारतीआं दे या दूजे देशां दे बच्चे उत्थे पढ़न गए होए आ, इह कोई पता नहीं किन्ने जिउंदा आउणा है, किन्ने नहीं आउणा, किन्ना माड़ा हाल है, रोटी उत्थे नहीं मिल रही, हथियारां दा बुरा हाल उत्थे होया होया है, लोकां दे बेघर हो रहे ने, बच्चे मर रहे ने, बिमारियां लगणगीआं। हाले तां युद्ध शुरू होए नूं 6 दिन होए ने, ਤੇ ਤੁਸੀਂ ਦੇਖ ਲਓ ਇੰਨਾ ਮਾੜਾ ਹਾਲ ਹੋ ਗਿਆ, ਤੇ ਜੇ ਯੁੱਧ ਲੰਬਾ ਚੱਲ ਗਿਆ ਤਾਂ ਕਿੰਨਾ ਬੁਰਾ ਹਾਲ ਹੋਏਗਾ। ਸੋ ਇਹ ਵੀ ਸਾਡੇ ਨਾਲ ਸਮੱਸਿਆ ਹੈ। ਤੀਸਰੀ ਸਮੱਸਿਆ ਸਾਡੇ ਸਾਰੇ ਸੰਸਾਰ ਦੀ ਇਸ ਵੇਲੇ ਹੈਗੀ ਹੈ ਵਿਸ਼ਵੀਕਰਨ, ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਬਲਾ ਕੀ ਹੈ, ਜਸ਼ਨ ਹਲੇ ਲਿਖਣ ਦੀ ਲੋੜ ਨਹੀਂ। ਵਿਸ਼ਵੀਕਰਨ ਕੀ ਹੈ ਕਿ ਦੇਖੋ, ਪਹਿਲੇ ਵਿਸ਼ਵੀਕਰਨ ਦਾ ਮਤਲਬ ਹੁੰਦਾ ਹੈ ਸੰਸਾਰ ਦਾ ਇੱਕ ਦੂਜੇ ਦੇ ਨੇੜੇ ਆ ਜਾਣਾ। ਕੀ ਮਤਲਬ ਹੈ ਬੋਲੋ? ਸੰਸਾਰ ਦਾ ਇੱਕ ਦੂਜੇ ਦੇ ਨੇੜੇ ਆ ਜਾਣਾ। ਹੁਣ ਤੁਸੀਂ ਕਹੋ ਵੀ ਸੰਸਾਰ ਕਿੱਦਾਂ ਨੇੜੇ ਆ ਗਿਆ? ਬਾਰਡਰ ਤਾਂ ਸਾਰੇ ਦੇਸ਼ ਉੱਥੇ ਦੇ ਉੱਥੇ ਬੈਠੇ ਨੇ। ਪਰ ਤੁਸੀਂ ਕਦੇ ਆਪਣੇ ਇੱਕ ਸੋਚ ਕੇ ਦੇਖੋ, ਪਹਿਲਾਂ ਜੇ ਕੋਈ ਬੰਦਾ ਬਾਹਰ ਜਾਂਦਾ ਸੀ ਤਾਂ ਲੋਕੀ ਇੰਨਾ ਰੋਂਦੇ ਸੀ ਵੀ ਹਾਏ ਬਾਹਰ ਚੱਲਿਆ, ਪਰ ਕਿੱਦਾਂ ਆਏਗਾ, ਕਿੱਦਾਂ ਨਹੀਂ ਆਏਗਾ। ਠੀਕ ਹੈ, ਹੁਣ ਕੀ ਹੈ, ਜੇ ਤੁਸੀਂ ਚਾਹੋ ਵੀ ਆਪਣਾ ਬ੍ਰੇਕਫਾਸਟ ਅਸੀਂ ਭਾਰਤ ਵਿੱਚ ਕਰੀਏ, ਉਸ ਤੋਂ ਬਾਅਦ ਅਸੀਂ ਥਾਈਲੈਂਡ 'ਚ ਜਾ ਕੇ ਡਿਨਰ ਕਰੀਏ, ਤੇ ਕੱਲ ਸਵੇਰ ਦਾ ਅਸੀਂ ਦੁਪਹਿਰ ਦਾ ਖਾਣਾ ਇੰਗਲੈਂਡ ਵਿੱਚ ਖਾਈਏ, ਤਾਂ ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਠੀਕ ਹੈ, ਹੁਣ ਸਾਡੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਸਟੂਡੈਂਟ ਕਿੱਥੇ ਜਾ ਰਹੇ ਨੇ? ਕੈਨੇਡਾ ਜਾ ਰਹੇ ਨੇ, ਅਮਰੀਕਾ ਜਾ ਰਹੇ ਨੇ, ਇੰਗਲੈਂਡ ਜਾ ਰਹੇ ਨੇ, ਫਰਾਂਸ ਜਾ ਰਹੇ, ਜਰਮਨੀ ਜਾ ਰਹੇ, ਪੜ੍ਹਨ ਜਾ ਰਹੇ। ਅੱਜ ਕੱਲ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਕੋਈ ਘਰ ਐਸਾ ਹੋਊਗਾ ਜਿਹਦਾ ਇੱਕ ਨਾ ਇੱਕ ਬੰਦਾ ਰਿਸ਼ਤੇਦਾਰ ਬਾਹਰ ਨਾ ਹੋਵੇ। ਹੋ ਗਿਆ, ਦੂਸਰੀ ਚੀਜ਼ਾਂ ਦੱਸੋ। ਅੱਗੇ ਮੈਂ ਬੜੀ ਵਾਰੀ ਇਸ ਲੈਸਨ ਚ ਇਹੀ ਸਮਝਾਉਂਦੀ ਹੁੰਦੀ ਵੀ ਅੱਗੇ ਕੋਈ ਬਾਹਰੋਂ ਆਉਂਦਾ ਸੀ, ਕੋਈ ਚੀਜ਼ ਦੇ ਦਿੰਦਾ ਸੀ, ਅਸੀਂ ਉਹਨੂੰ ਖਰਚਦੇ ਹੀ ਨਹੀਂ ਸੀ। ਮੈਨੂੰ ਯਾਦ ਹੈ ਸਾਡੀ ਭੂਆ ਬਾਹਰੋਂ ਆਉਂਦੀ ਹੁੰਦੀ ਸੀਗੀ, ਜੇ ਉਹਨੇ ਉਹ ਦੇ ਤਾ ਸ਼ੈਂਪੂ ਦੇ ਤਾ ਜਾਂ ਪਰਫਿਊਮ ਦੇ ਤਾ, ਅਸੀਂ ਉਹ ਲਾਉਣਾ ਹੀ ਨਹੀਂ। ਕਿਉਂ ਨੀ ਲਾਉਣਾ? ਵੀ ਮੁੱਕ ਜੂਗਾ, ਹੈਨਾ, ਵੀ ਮੁੱਕ ਜੂਗਾ। ਹੁਣ ਅੱਜ ਕੱਲ ਕੀ ਹੈ, ਜੇ ਕੋਈ ਬਾਹਰੋਂ ਆ ਕੇ ਕੋਈ ਚੀਜ਼ ਦਿੰਦਾ ਵੀ ਹੈ ਤਾਂ ਤੁਹਾਨੂੰ ਕੀ ਲੱਗਣਾ? ਤੁਸੀਂ ਕਹਿੰਦੇ ਲੈ ਤਾਂ ਇੱਥੇ ਵੀ ਮਿਲਦੀ ਹੈ, ਇੰਨੀ ਕਿਹੜੀ ਗੱਲ ਹੋ ਗਈ? ਤੁਸੀਂ ਕੋਈ ਜੀਨ, ਕੋਈ ਪਰਸ, ਕੋਈ ਪਰਫਿਊਮ, ਕੋਈ ਕੱਪੜੇ, ਕੋਈ ਡਰੈਸ, ਤੁਸੀਂ ਦੁਨੀਆ ਦੀ ਕੋਈ ਵੀ ਚੀਜ਼, ਇੱਥੋਂ ਤੱਕ ਕਿ ਖਾਣ ਪੀਣ ਦੀਆਂ ਚੀਜ਼ਾਂ, ਤੁਸੀਂ ਜਿੱਥੇ ਜੋ ਮੰਗਾਉਣਾ ਤੁਸੀਂ ਮੇਰੇ ਤੋਂ ਵੱਧ ਤੁਹਾਨੂੰ ਪਤਾ ਹੈ ਆਨਲਾਈਨ ਆਪਾਂ ਮੰਗਾ ਸਕਦੇ ਹਾਂ। ਪੈਸਾ, ਪੈਸਾ ਕਿਸੇ ਨੂੰ ਭੇਜਣ ਦੀ ਲੋੜ ਨਹੀਂ। ਅੱਗੇ ਹੁੰਦਾ ਸੀ ਡਰਾਫਟ ਬਣਦਾ ਸੀ, ਕੋਈ ਇੱਕ ਜਾਂਦਾ ਸੀ, ਕੋਈ ਆਉਂਦਾ ਸੀ, ਕੋਈ ਬੈਂਕ, ਹੁਣ ਅੱਜ ਕੱਲ ਮਿੰਟਾਂ ਦੇ ਵਿੱਚ ਪੈਸਾ ਜਾਂਦਾ। ਸੁਨੇਹਾ, ਪਹਿਲਾਂ ਚਿੱਠੀ ਜਾਂਦੀ ਸੀ, ਹੁਣ ਸੁਨੇਹਾ ਕਿੱਦਾਂ? ਹੁਣ ਚਾਹੇ ਫੋਨ ਤੇ ਕਰ ਦੋ, ਵੀਡੀਓ ਕਾਲ ਕਰ ਲਓ, ਆ ਤੁਸੀਂ ਇੱਥੋਂ ਮੇਲ ਕਰਦੇ ਹੋ, ਟਾਈਪ ਬਾਅਦ ਚ ਹੁੰਦੀ ਹੈ, ਸੈਂਡ ਦਾ ਬਟਨ ਦੱਬੇ, ਅਗਲਾ ਕਹਿੰਦਾ ਮੈਨੂੰ ਮਿਲ ਗਿਆ। ਕੀ ਮਤਲਬ? ਕੀ ਮਤਲਬ ਕਿ ਹੁਣ ਦੁਨੀਆ ਇੱਕ ਦੂਜੇ ਤੋਂ ਦੂਰ ਹੈ ਕਿ ਇੱਕ ਦੂਜੇ ਦੇ ਨੇੜੇ ਹੈ? ਇੱਕ ਦੂਜੇ ਦੇ ਨੇੜੇ ਹੈ। ਜੇ ਤੁਸੀਂ ਕੱਲ ਦੀਆਂ ਨਿਊਜ਼ ਸੁਣੀਆਂ ਹੋਣ ਤਾਂ ਉਹਦੇ ਤੁਸੀਂ ਦੇਖਿਆ ਵੀ ਯੁੱਧ ਤਾਂ ਛਿੜਿਆ ਹੈ ਰੂਸ ਤੇ ਯੂਕਰੇਨ ਦੇ ਵਿੱਚ। ਹੁਣ ਉਹਦੇ ਨਾਲ ਕੀ ਹੈ, ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਤੇ ਅਸਰ ਪੈ ਜਾਣਾ। ਕਿਤੇ ਪੈਟਰੋਲ ਦੇ ਰੇਟ ਵੱਧ ਜਾਣੇ, ਕਿਤੇ ਸੋਨੇ ਦੇ ਰੇਟ ਵੱਧ ਜਾਣੇ, ਕਿਸੇ ਦੀ ਕਰੰਸੀ ਘੱਟ ਜਾਣੀ, ਕਿਸੇ ਦੇ ਵੱਧ ਜਾਣੀ, ਸਾਰਾ ਸੰਸਾਰ ਹਿੱਲਣਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਰੂਸ ਤੇ ਯੂਕਰੇਨ ਲੜ ਰਹੇ, ਆਪਾਂ ਨੂੰ ਕਿਆ ਲੈਣਾ ਦੇਣਾ? ਨਾ, ਤੁਸੀਂ ਦੇਖਿਓ, ਜੇ ਯੁੱਧ ਰੱਬ ਨਾ ਕਰੇ, ਵਾਹਿਗੁਰੂ ਕਰੇ, ਖਤਮ ਹੋ ਜਾਏ, ਜੇ ਯੁੱਧ ਨਾ ਖਤਮ ਹੋਇਆ ਥੋੜੀ ਦੇਰ, ਤਾਂ ਯੁੱਧ ਦੋ ਦੇਸ਼ਾਂ ਵਿੱਚ ਨਹੀਂ ਰਹਿਣਾ, ਫਿਰ ਕਿੰਨੀਆਂ ਚ ਫੈਲਣਾ?
कुछ बंदे यूक्रेन नाल लगणगे, कुछ देश रूस नाल लगणगे, लड़ाई वधूगी वधूगी, लड़ाई घटनी नहीं। मेरी गल समझ आ गई? सो असी अज दे टाइम च ये बिल्कुल नहीं कह सकते भी फलाने देश च जो होया साडा उहदे नाल कोई लेना देना नहीं। हुण भारत तड़फिया पिया, सारा युद्ध तो यूक्रेन च होया, भारत क्यों तड़फिया पिया? भारत के बच्चे तो सारे उत्थे ने पढ़न गए हुए मेडिकल की पढ़ाई। हुण कल नूं रब ना करे कैनेडा च कुछ हो जाए, इंग्लैंड च हो जाए, अमरीका च हो जाए, असी सारे ने इत्थे बैठे मरण वाले हो जाना। क्यों मरण वाले होना? क्योंकि साडे रिश्तेदार साडे बच्चे सारे बाहर होने ने। मेरी गल समझ आ गई? जो जो भी कोई घटना, हुण कई बार तुसी सुनते हो भी फलाने देश विच सिखा दे सिखा उत्ते जुल्म किया गया, एक सिख नूं कुटिया गया, तो उहदे नाल सारा संसार दे सिख अपने आप नूं वीक फील करदे ने। जे किसी एक मुसलमान दे नाल गलत हुंदा तां सारे अपने आप नूं गलत फील करदे ने भी साडे नाल तां धक्का हो रहा है। मेरी गल समझ आ गई? की मतलब भी अज दा जिहड़ा संसार है वह एक दूजे दे नेड़े आ गया है, संसार ने एक पिंड दा रूप धारण कर लिया है। मेरी गल समझ आ गई? संसार की अर्थव्यवस्था में इकोनमी, किसी भी देश की इकोनमी अज कोई देश ये नहीं कह सकता भी मैं तो अपना कला गुजारा कर लूंगा बाकी तुम जो करना है करो ना। सऊदी अरब वालों ने तेल की कीमत वधाई, मान लो सऊदी अरब च तेल की कीमत वधी तो उसका असर किधर ते पैना? सारे संसार के उत्ते उसका असर पैना। मेरी गल समझ आ गई? सो इस तुसी कहोगे भी यह समस्या किदा है? हाँ जी, मैं तुहानू पहला कहा ना भी संसार दी समस्यावां तुहानू नहीं लगता भी यह तो चंगी गल है? हाँ दसो, चंगी गल है कि समस्या है साढ़े लिए? हुण असी इस टॉपिक इस लैसन च यही करांगे कि जिहड़ा विश्वीकरण है ये साढ़े लिए एक समस्या है कि वरदान है? विश्वीकरण के फायदे की है, विश्वीकरण के नुकसान की है? फायदे भी बहुत ने, फायदे भी बहुत ने ते नुकसान भी बहुत ने। यह है भी फायदे तुहानू नजर आ रहे ने, नुकसान पहले सोच रही है, ठीक है? सो यह साडा अज दा टॉपिक है। थोड़ा जिहा टॉपिक समझ आ गया सारियां नूं? चलो जी, हुण आपां विश्वीकरण वाला लैसन लिखना शुरू करांगे, नालो नाल मैं समझाई जावांगी। लिखो जी, विश्वीकरण, विश्वीकरण ग्लोबलाइजेशन, उदारीकरण लिबरलाइजेशन, निजीकरण प्राइवेटाइजेशन, संसारीकरण उदारीकरण, विश्वीकरण ग्लोबलाइजेशन लिबरलाइजेशन एंड प्राइवेटाइजेशन, ठीक है जी? तीन अक्षर ने, इहदे ब्रैकेट दे विच लिख लो एल पी जी, वड्डा एल वड्डी पी वड्डा जी, एल पी जी। एल फॉर लिबरलाइजेशन, कापियां ते देखो, एल फॉर लिबरलाइजेशन निजीकरण, पी फॉर प्राइवेटाइजेशन, सॉरी एल फॉर लिबरलाइजेशन उदारीकरण, पी फॉर प्राइवेटाइजेशन निजीकरण एंड जी फॉर ग्लोबलाइजेशन संसारीकरण, ठीक है? लिखो, ये तीनों भावे वक्खो वक्ख शब्द हैं, यह तीनों भावें वक्खो वक्ख शब्द हैं पर एक दूजे नाल जुड़े हुए हैं। These three are different words, but they are connected with each other. ये तीन भावें अलग अलग शब्द हैं पर एक दूसरे के नाल जुड़े हुए हैं। आज संसार ने एक मंडी का रूप धार लिया है, एक मंडी और पिंड का रूप लिख लो। आज संसार एक मंडी और पिंड का रूप धार गया है। Today the world is like a market, a common market or a village. संसार विच वापरी हुई एक घटना का असर, संसार विच वापरी हुई एक घटना का असर संसार दे सारे देशों ते पैंदा है। Anything happened in one country affects all the world. संसार विच वापरी हुई किसी एक घटना का असर सारे संसार ते पैंदा है। अज संसार विच वर्ल्ड बैंक
ਵਿਸ਼ਵ ਬੈਂਕ ਜਿਹਨੂੰ ਆਪਾਂ ਕਹਿੰਦੇ ਹਾਂ ਵਿਸ਼ਵ ਬੈਂਕ, ਵਰਲਡ ਬੈਂਕ, ਕੌਮਾ IBRD, ਕਿੱਥੇ ਦੱਸਿਆ ਸੀ ਮੈਂ UNO ਦੇ ਵਿੱਚ, IBRD ਕੀ ਸੀ ਫੁੱਲ ਫਾਰਮ? ਇੰਟਰਨੈਸ਼ਨਲ ਬੈਂਕ ਫਾਰ ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ। ਲਿਖੋ ਲਿਖੋ ਲਿਖੋ, IBRD, ਆਈ ਵੱਡੀ, ਬੀ ਵੱਡਾ, ਆਰ ਵੱਡਾ, ਡੀ ਵੱਡੀ, IBRD ਇੰਟਰਨੈਸ਼ਨਲ, ਲਿਖੋ ਐਬਰੀਵੇਸ਼ਨ ਲਿਖੋ, ਇੰਟਰਨੈਸ਼ਨਲ ਬੈਂਕ ਫਾਰ, FOR ਫਾਰ ਰੀਕੰਸਟਰਕਸ਼ਨ, ਰੀਕੰਸਟਰਕਸ਼ਨ, ਰੀ ਪਾ ਕੇ ਆ ਰਹੀ, ਰੀਕੰਸਟਰਕਸ਼ਨ, CONSTRUCTION, ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ, ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ। ਤੇ ਇਹ ਕਿੱਥੇ ਸੀਗਾ ਯਾਦ ਕਰੋ ਜਰਾ, ਕਿੱਥੇ ਸੀ? ਹਾਂਜੀ, UNO ਦੀ ਏਜੰਸੀ। ਉਹ ਵੀ UNO ਦੇ ਵਿੱਚ, UNO ਬੜਾ ਲੈਸਨ ਕਰਵਾਇਆ ਸੀ UNO ਦੇ ਵਿੱਚ, IBRD ਮੈਂ ਲਿਖਾਇਆ ਸੀ, ਇੰਟਰਨੈਸ਼ਨਲ ਬੈਂਕ ਫਾਰ ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ। ਬੋਲੋ ਸਾਰੀ ਕਲਾਸ ਉੱਚੀ, ਬੈਂਕ ਫਾਰ ਰੀਕੰਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਬੈਂਕ ਕਾਹਦੇ ਲਈ ਕਰਜ਼ੇ ਦਿੰਦਾ ਹੈ? ਰੀਕੰਸਟਰਕਸ਼ਨ, ਮੈਨੇ ਜੇ ਕਿਸੇ ਦੇਸ਼ ਨੇ ਆਪਣਾ ਵਿਕਾਸ ਕਰਨਾ ਹੈ, ਡਿਵੈਲਪਮੈਂਟ ਕਰਨੀ ਹੈ, ਗਰੀਬੀ ਨੂੰ ਦੂਰ ਕਰਨਾ ਹੈ, ਬੇਰੋਜ਼ਗਾਰੀ ਨੂੰ ਦੂਰ ਕਰਨਾ ਹੈ, ਅੰਨ ਦੇ ਭੰਡਾਰ ਚਾਹੀਦੇ ਨੇ ਕਿਸੇ, ਕੋਈ ਵੀ ਦੇਸ਼, ਜਿਵੇਂ ਆਪਾਂ ਬੈਂਕ ਤੋਂ ਕਰਜ਼ਾ ਲੈਂਦੇ ਹਾਂ, ਜਦੋਂ ਕਿਸੇ ਦੇਸ਼ ਨੂੰ ਆਪਣੇ ਵਿਕਾਸ ਲਈ, ਆਪਣੇ ਪੁਨਰ ਵਿਕਾਸ ਦੇ ਲਈ ਕਰਜ਼ੇ ਚਾਹੀਦੇ ਨੇ, ਤਾਂ ਕਿੱਥੋਂ ਲੈ ਸਕਦਾ ਹੈ? IBRD ਕਿੱਥੋਂ ਲੈ ਸਕਦਾ ਹੈ? ਕਿਸੇ ਇੱਕ ਦੇਸ਼ ਦੀ ਸੰਸਥਾ ਹੈ ਕਿ ਸਾਰੇ ਦੇਸ਼ਾਂ ਦੀ ਸਾਂਝੀ? ਸਾਂਝੀ। ਦੂਸਰਾ ਮੈਂ ਲਿਖਾਇਆ ਵਰਲਡ ਬੈਂਕ, ਵਰਲਡ ਬੈਂਕ ਉਹਦਾ ਨਾਮ ਹੀ ਹੈ, ਵਰਲਡ ਬੈਂਕ, ਵਰਲਡ ਬੈਂਕ ਮੈਂ ਵਿਸ਼ਵ ਬੈਂਕ, ਜਿੱਦਾਂ ਆਪਾਂ ਬੈਂਕ ਤੋਂ ਕਰਜ਼ਾ ਲੈਂਦੇ ਹਾਂ, ਉਹ ਤਾਂ ਵਿਸ਼ਵ ਬੈਂਕ ਤੋਂ ਵੀ ਲੈ ਸਕਦੇ ਹਾਂ। ਤੀਸਰਾ ਲਿਖੋ IMF, ਇੰਟਰਨੈਸ਼ਨਲ ਮੋਨੀਟਰੀ ਫੰਡ, IMF, ਇੰਟਰਨੈਸ਼ਨਲ ਮੋਨੀਟਰੀ ਫੰਡ, ਪੰਜਾਬੀ ਚ ਅੰਤਰਰਾਸ਼ਟਰੀ ਮੁਦਰਾ ਕੋਸ਼, ਅੰਤਰਰਾਸ਼ਟਰੀ ਮੁਦਰਾ ਕੋਸ਼, ਇੰਟਰਨੈਸ਼ਨਲ ਮੋਨੀਟਰੀ ਫੰਡ। ਇਹ ਵੀ ਬੇਟੇ ਬੈਂਕ ਹੈ। ਹੁਣ ਇਹਦਾ ਦੇਖੋ ਨਾਮ, ਦੇਖੋ ਬੜੇ ਧਿਆਨ ਨਾਲ ਦੇਖੋ, ਇੰਟਰਨੈਸ਼ਨਲ ਮੈਨੇ, ਹਾਂਜੀ, ਇੰਟਰਨੈਸ਼ਨਲ ਕਿਹੜੀ ਚੀਜ਼ ਹੁੰਦੀ ਹੈ? ਜਿਹੜੇ ਇੱਕ ਦੇਸ਼ ਨਾਲ ਸੰਬੰਧਿਤ ਹੋਵੇ ਕਿ ਸਾਰਿਆਂ ਨਾਲ? ਇੰਟਰਨੈਸ਼ਨਲ ਮੋਨੀਟਰੀ, ਮੋਨੀਟਰੀ ਮੈਨੇ ਮਨੀ, ਮੋਨੀਟਰੀ ਮੈਨੇ ਮਨੀ, ਪੈਸਾ। ਕੋਸ਼, ਕੋਸ਼ ਮੈਨੇ ਖਜ਼ਾਨਾ, ਕੋਸ਼ ਦਾ ਮਤਲਬ ਕੀ ਹੈ? ਖਜ਼ਾਨਾ। ਫੰਡ ਮੈਨੇ ਖਜ਼ਾਨਾ, ਪੰਜਾਬੀ ਜਿਹਨੂੰ ਕਹਿੰਦੇ ਅੰਤਰਰਾਸ਼ਟਰੀ ਮੁਦਰਾ ਕੋਸ਼। ਐਸਾ ਸਾਰੇ ਦੇਸ਼ਾਂ ਦਾ ਐਸਾ ਇੱਕ ਸੰਸਥਾ ਹੈ, ਉਹਦਾ ਨਾਮ ਹੈਗਾ IMF। ਇਹ ਵੀ ਕਿਹਦੀ ਸੰਸਥਾ ਹੈ? UNO ਦੀ। ਕਿਹਦੀ ਸੰਸਥਾ ਹੈ? UNO ਦੀ। ਇੱਥੋਂ ਵੀ ਲੋਕ ਦੇਸ਼ ਕਰਜ਼ੇ ਲੈ ਸਕਦੇ ਨੇ। ਹੁਣ ਤਿੰਨ ਤਿੰਨ ਲਿਖਾਈਆਂ ਮੈਂ ਅੱਜ, ਕਿਹੜੀ ਕਿਹੜੀਆਂ? ਵਰਲਡ ਬੈਂਕ ਨੰਬਰ 2, IBRD ਨੰਬਰ 3, IMF। ਇਹ ਤਿੰਨ ਕਿਹੜੀਆਂ ਸੰਸਥਾਵਾਂ ਨੇ? ਅੰਤਰਰਾਸ਼ਟਰੀ ਸੰਸਥਾਵਾਂ ਨੇ, ਜਿਨ੍ਹਾਂ ਦਾ ਉਦੇਸ਼ ਕੀ ਹੈ? ਦੇਸ਼ਾਂ ਨੂੰ ਵਿਕਾਸ ਦੇ ਲਈ, ਆਪਣੇ ਕੰਮਾਂ ਦੇ ਲਈ ਆਪਣੀ ਕਰਜ਼ਾ ਦੇਣ। ਜੇ ਦੇਸ਼ ਚਾਹੁੰਦੇ ਨੇ ਤਾਂ ਇਹਨਾਂ ਤੋਂ ਕਰਜ਼ਾ ਲੈ ਸਕਦੇ ਨੇ, ਜਿਵੇਂ ਆਪਾਂ ਬੈਂਕ ਤੋਂ ਲੈਂਦੇ। ਆ ਗਈ ਗੱਲ ਸਮਝ? ਔਰ ਕਿਸੇ ਇੱਕ ਦੇਸ਼ ਲਈ ਨਹੀਂ ਹੈ, ਸਾਰੇ ਸੰਸਾਰ ਲਈ ਹੈ। ਇਹਦਾ ਮਤਲਬ ਕੀ ਹੈ? ਕਿ ਸਾਰੇ ਸੰਸਾਰ ਦੀ ਅਰਥ ਵਿਵਸਥਾ ਇਕੱਠੀ ਹੈ ਕਿ ਵੱਖ ਵੱਖ ਹੈ? ਹੁਣ ਇਕੱਠੀ ਹੈ। ਅਸਰ ਪੈਂਦਾ ਕਿ ਨਹੀਂ ਪੈਂਦਾ? ਪੈਂਦਾ। ਇੱਕ ਦੇਸ਼ ਵਿੱਚ ਕਰੋਨਾ ਸੀ, ਇੱਕ ਚ ਸੀ, ਜਦੋਂ ਫੈਲਿਆ ਉਸ ਤੋਂ ਬਾਅਦ ਸਾਰੀ ਦੇਸ਼ਾਂ ਦੇ ਉੱਤੇ ਕਰੋਨਾ ਦਾ ਅਸਰ ਪਿਆ ਕਿ ਇਕੱਲਾ ਭਾਰਤ ਤੇ ਪਿਆ? ਬੇਰੁਜ਼ਗਾਰੀ ਸਾਰੇ ਸੰਸਾਰ ਵਿੱਚ ਵਧੀ, ਗਰੀਬੀ ਸਾਰੇ ਸੰਸਾਰ ਵਿੱਚ ਵਧੀ, ਬਿਮਾਰੀਆਂ ਸਾਰੇ ਸੰਸਾਰ ਵਿੱਚ ਵਧੀਆਂ, ਲੋਕਾਂ ਦੀਆਂ ਨੌਕਰੀਆਂ ਗਈਆਂ, ਲੋਕਾਂ ਦੇ ਘਰ ਗਏ, ਬਿਜ਼ਨਸ ਸਾਰੇ ਸੰਸਾਰ ਦਾ ਡਾਊਨ ਹੋਇਆ। ਮੇਰੀ ਗੱਲ ਸਮਝ ਆ ਗਈ? ਹੁਣ ਜੇ ਯੁੱਧ ਚੱਲਦਾ ਰਿਹਾ ਤਾਂ ਯੁੱਧ ਦੇ ਨਾਲ ਕਿਹਦੇ ਅਸਰ ਪਊਗਾ? ਉਹ ਦੋ ਦੇਸ਼ਾਂ ਤੇ ਤਾਂ ਪੈਣਾ ਹੀ ਪੈਣਾ ਹੈ, ਬੁਰਾ ਹਾਲ ਹੋ ਜਾਣਾ ਬਾਕੀ ਦੇਸ਼ਾਂ ਦਾ। ਅੱਜ ਦੇ ਸਮੇਂ ਚ ਅਸੀਂ ਕੀ ਕਹਿ ਸਕਦੇ ਹਾਂ? ਵੀ ਇਹ ਨਹੀਂ ਹੋ ਸਕਦਾ ਵੀ ਭਾਈ ਉੱਥੇ ਹੋ ਰਿਹਾ, ਸਾਡੇ ਨਾਲ ਉਹਦਾ ਕੋਈ ਤਾਲਕ ਨਹੀਂ। ਸਿੱਧੇ ਜਾਂ ਅਸਿੱਧੇ ਤੌਰ ਤੇ ਅਸੀਂ ਇਫੈਕਟਿਡ ਹੋਣਾ ਹੀ ਹੋਣਾ ਹੈ। ਆ ਗਈ ਗੱਲ ਸਮਝ? ਇਹ ਤਿੰਨ ਸੰਸਥਾਵਾਂ ਸਮਝ ਆ ਗਈਆਂ। ਹੁਣ ਮੈਂ ਤੁਹਾਨੂੰ ਤਿੰਨ ਅੱਖਰ ਲਿਖਾਏ ਨੇ, ਉੱਪਰ ਤਿੰਨ ਅੱਖਰ ਲਿਖਾਏ ਨੇ, ਕਿਹੜੇ ਕਿਹੜੇ? ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ। ਹੁਣ ਤਿੰਨ ਅੱਖਰਾਂ ਨੂੰ ਬੜੇ ਧਿਆਨ ਨਾਲ ਦੇਖ ਲਿਓ। ਪਹਿਲਾ ਅੱਖਰ ਲਿਖੋ ਵਿਸ਼ਵੀਕਰਨ, ਗਲੋਬਲਾਈਜੇਸ਼ਨ। ਅਗਲੀ ਲਾਈਨ ਚ ਲਿਖੋ ਵਿਸ਼ਵੀਕਰਨ, ਗਲੋਬਲਾਈਜੇਸ਼ਨ। ਲਿਖੋ ਵਿਸ਼ਵੀਕਰਨ ਦਾ ਅਰਥ ਹੈ, ਵਿਸ਼ਵੀਕਰਨ ਦਾ ਅਰਥ ਹੈ ਸੰਸਾਰ ਦੇ ਦੇਸ਼ਾਂ ਦਾ ਇੱਕ ਦੂਜੇ ਦੇ ਨੇੜੇ ਆ ਜਾਣਾ,
संसार दे देशां दा इक दूजे दे नेड़े आ जाना, अर्थ व्यवस्थावां दा आपस विच रल मिल जाना, अर्थ व्यवस्था दा आपस विच रल मिल जाना, नंबर दो पाओ, उदारीकरण लिबरलाइजेशन, नंबर दो उदारीकरण लिबरलाइजेशन। वैसे ऑलरेडी यूट्यूब दे उत्ते विश्वीकरण दे उत्ते मेरा लेक्चर पे है, पर गल ये भी वह 40 मिनट दे विच पूरा लेसन कराया हुआ है, हुण घट्टो घट मैं 4 दिन च पूरा लेसन कराना, ठीक है। सो जे लाइव क्लास दे तुसी देखदे हो या जेड़े भी बच्चे लाइव क्लास देखते हो, उन्हां नूं इही फायदा है। मैनू नहीं पता भी तुसी देखते हो कि नहीं देखते, क्योंकि तुहानू मैम भी तुहाडे कोल ही है तुहाडी, अदरवाइज सारे बच्चे, क्योंकि मैनू पूरे पंजाब तो मैसेज आते हैं, बच्चे पुछते हैं, हुण भी बच्चिया ने दसिया मैनू मैडम आ टॉपिक रहिंदे ने, रोज बच्चे मैसेज करते हैं। सो जे जदों जिहड़ा बच्चा जिन्हें पढ़न की रुचि होवे, सिर्फ नाल शब्द कंडीशन ये है, जिहड़ा पढ़ना चाहुंदा वह लाइव क्लास देख लिया करो, ठीक है जी। हुण दूजा अखर हैगा उदारीकरण लिबरलाइजेशन। उदारीकरण का मतलब लिखो, एक हुण तुसी इधर 12वीं च आपां लैसन किया सी उदारवाद, उदारवाद नूं इंग्लिश च कहिंदे सी लिबरलिज्म। लिबरलिज्म का अर्थ सी स्वतंत्र व्यक्ति, कित्थों बनिया सी लिबर तो, लिबर का अर्थ की सी स्वतंत्र व्यक्ति। उदारवाद कि विचारधारा सी जिहड़ी व्यक्ति नूं बन के रखना चाहुंदी सी कि खुला खुला कि बन के रखना चाहुंदी कि खुला छड्डना चाहुंदी, खुला छड्डना चाहुंदी। उदारवाद की कहते हैं सरकार मनुख ने आर्थिक दखल वाधू देना चाहिए या खुला देना छड़ना चाहिए, खुला। सो उदारवाद कि विचारधारा है, लिखो उदारवाद वो विचारधारा है जो अर्थव्यवस्था से, अर्थव्यवस्था मैंने बंदे के आर्थिक कमां से पैसा कमाण से, ब्रैकेट बेशक हिंट पा लो पैसा कमाण से, मनुख के आर्थिक कमां से। उदारवाद ऐसी विचारधारा है जो मनुख के आर्थिक कमां से पूरी स्वतंत्रता देना चाहती है, फुल फ्रीडम देना चाहते हैं इकोनॉमिक एक्टिविटीज से, उस तो अलावा देशों विचकार आयात निर्यात, देशों विचकार आयात निर्यात दी आजादी, इंपोर्ट एक्सपोर्ट फ्रीडम बिटवीन द कंट्रीज। आयात निर्यात की हुंदा भी, यस हाँ, चीजा मंगाणिया अते चीजा भेजनिया। अच्छा एक गल दसो, अपनी मर्जी है भी असि जो मर्जी मंगा लिए जो मर्जी भेज दिए, ये रूल रेगुलेशन है। मान लो मैं मेरा देश है, मान लो मेरा देश है, जे मैं अपने देश दे विच ये सोच लिया भी मैं बाहरों चीज आनी नहीं देनी, जे मेरे देश की पॉलिसी है कि मैं बाहरों चीज, हुण चीन है, चीन है ना, बड़ा बड़ा इंटरेस्टिंग लैसन है, चीन है, चीन सारी दुनिया नूं समान भेजदा, तुहानूं पता है भी सूई तो लैके जहाज तक चीन बनाउंदा सारे देशां नूं, तुसीं कोई चीज लैण चले जाओ, कोई चीज लैण चले जाओ, भाई ने तुहानूं जदे दिखा देना भी आ इन्ने दी है, आ चाइनीज है, ये इन्ने दी है, चाहे तुसीं जुत्ती लैण चल जाओ, चाहे तुसीं कपड़े लैण चल जाओ, चाहे दिवाली दीआं लाइटां लैण चल जाओ, चाहे तुम प्रेस लैन चल जाओ, चाहे तुम मोबाइल लैन चल जाओ, टीवी लैन चल जाओ, तुहानू उन्होंने जदे एक गल कह देनी भी आ है कंपनी की इन्ने की है, ये चाइनीज है इन्ने की है, फिर तुम अगला सवाल पूछते हो भी ये खराब तो नहीं होगी। चाइना आलिया ने सूई तो लैके जहाज तक बनाते सारे संसार नू भेज दे, फर्क की है सुन लो भी, जेड़ा तो चाइना का फस्ट क्वालिटी का माल है, जेड़ा चाइना का फस्ट क्वालिटी का माल है, वधिया माल है, वह तो भेज दे वधिया देशों, राज मेरे को बाद चाहिए बाद बाद, ठीक है। जेड़ा तो फस्ट क्वालिटी का माल है चाइना का, ए ग्रेड का माल, वह तो भेजते ने इंग्लैंड अमरीका कनेडा, जेड़ा थर्ड ग्रेड का माल है वह कितने भेजते ने, इंडिया। हम तुम एक मान लो एक लोअर है, मैनू याद है जो असि कनेडा गए सी उत्थे असी जो शोरूम शॉपिंग करते सी असी कोई चीज चकते असी उत्ते लिखा होंदा सी मेड इन चाइना, असी साडी इंडियन टेंडेंसी असी कह देना भी ना ना ये नहीं वधिया चाइना आड़ी नहीं लैनी भाई ये खराब हो जाऊगी,
क्योंकि तुसी चाइनीज चीजा की है सस्तिया ने, पता ना सस्तिया ने। हुण तां मैनूं उस दिन कोई दस रहा सी कहिंदा जी मेहंदी मैडम जी मेहंदी भी कहिंदे चाइनीज आ गई, मर जाए चाइनीज मेहंदी भी आ गई। चाइना वाले सियाने बहुत ने, चाइना वाले उन्हां नूं पता लग जाए। देखो चाइना का दिमाग बहुत है, चीनिया का दिमाग बहुत है, ये बहुत उन्हां नूं पता लग जाए भी दिवाली दे उत्ते भारत दे विच दिवाली मनाई जाती, दिवाली दे उत्ते दरबार साहब दीआं फोटोआं विकदीआं। कदे तुसी दिवाली दे दिनां च दरबार साहब दे बाहर दुकानां ते जाके देखो सारिया दरबार साहब दीआं गुरुआं दीआं फोटोआं किहड़ियां आ गईआं चाइनीज। और चीन आड़े तो उन्होंने पता भी हम भारत में दिवाली है, इतने लाइटा विकनिया लाटू विकने, देखो सारा समान चीन का आऊगा। उत्ते जो कोई चीज रहने लगते लगता सी तो चीनी चाहे मेड इन चाइना है घटिया हो, फिर सानू साडे उत्ते दे रिश्तेदार दसिया भी ना ना इतने जेड़ा मेड इन चाइना देखो ये तुहाडा वधिया, क्योंकि चाइना ने यह महंगा भी समान है, वह कितने वह वड्डिया देशों भेजते हैं जेड़ा उन्होंने घटिया समान है तीजे ग्रेड का, क्योंकि आप सस्ते चीजा पहने भारती वह कितने भेजते हैं भारत में। सो उ चीन की लियाई हुई चीज साड़ी हाले तक जाती हाले तक नहीं खराब होती, अगलिया का बिजनेस है। मैं उधर भी तुम दसिया भी चाइना इस वेले सुपर पावर बनन तैयार है, सिर्फ चीने पिछे पता क्यों रह गए, उन्होंने अंग्रेजी नहीं सी आती। चाइना में यह बोलिया जाता सी भी असी अपनी भाषा बोलनी है, जिवें असी लोग है ना असी तो अपनी मां बोली बोलने लगे शर्म महसूस करते हैं, है ना। बच्चे भी कह देंगे, मैनू तो मेरे बच्चे भी कह देंगे कई बार जो स्कूल बुलाया हो पापा मम्मा नू ना भेजियो, मम्मा ने उत्थे जाके पंजाबी बोलन लग जानी है। मैं उन्होंने कहनी क्यों नहीं बोलूंगी पंजाबी, मेरी मदर टंग है, मेरी मां बोली है, सानू अपनी मां बोली नाल प्यार नहीं है, सगो असी अपनी मां बोली नू देख के असी शर्म महसूस करते हैं। जदों की जेडे अच्छे देश ने जापान है, जापान वाले कोई लैंग्वेज बोलते ही नहीं, अपनी जापानी बोलते क्यों दूजे की बोली है। चीन है वो अपनी चीनी भाषा बोलते जब, पर जो चीन ने वो हम चीनी तो चीनिया भी समझ आनी बाकी आनी नहीं। जदों चीन ने यह गल समझ आई भी साडा व्यापार दूजे देशों जो आप किसी देश व्यापार करना है, हम मान लो कल दीपक ने कोई बिजनेस सैटल कर लिया, हम जे कनेडा जाके कर लिया भी अंग्रेजी बोलनी पौ आनी पैनी। जदों चीनिया लगे भी असं व्यापार तो करना चाहते हैं पर साडे लोगों अंग्रेजी नहीं आती, अंग्रेजी करके असं पिछे है। चीन विच पिछले 10 साल तो उन्होंने पहली क्लास तो इंग्लिश ला दी, वो कहने सिखाओ अंग्रेजी। हूँ की है हूँ चीन के लोगों इंग्लिश भी आ गई। देखो जो असं किसी व्यापार करना है सू बोलना तो पैना ना, सू लैंग्वेज तो समझनी पैनी। हूँ चीन ने उदे करके हूँ तुम ये देख लो भी इस वे चीन नंबर एक है, संख्या की समस्या थी जनसंख्या बढ़ी जाती थी उन्होंने, भारत तो बाद भारत नंबर एक तो चीन है नंबर दो तो भारत है। फिर उन्होंने वो भी गल समझ आ गई भाई बहुत ही जनसंख्या का फिर काम खराब है, उन्होंने फिर उत्थे की करता वन चाइल्ड, सरकार का रूल है भी बच्चा एक। हाँ जे किसी का बच्चा अपाहिज है हैंडीकैप्ड है कोई बच्चे च कोई प्रॉब्लम है तो सरकार दूजे बच्चे की आग्या देंदी नहीं, वह कहिंदे न्याणा एक। साडे इत्थे हले मतलब नहीं, साढ़े इतने हाले भी 10-10, 12-12 जमी जाते हैं गंद पाया देश दे विच चली जाता साड़ी साडे देश नूं अकल ही पता नहीं कदों। ठीक है हुण आप कुछ हुण मेरी गल समझ आ गई भी ओ की है अपने अपने देश नूं इह समझ ही नहीं आ रही हले भी असीं इन्ना काम खराब कर रहे हैं। देखो ये कोई बहुत वधिया गल नहीं है भी जे साडी जनसंख्या वध रही है ये साडे लई प्रॉब्लम है, देश थोड़ा वड्डा होना है, जनसंख्या ते कंट्रोल करना पैना। पर जद नूं इन्हां ने सोचना वन चाइल्ड बारे इत्थे सोच कितना सकते हैं, जिन्हें हुण मेरी रिकॉर्डिंग हो रही मैं तो बोलिया जाना कुछ ना कुछ, जिन्हें अपने मंत्री बैठे ने उन्हां चों अद्धे मंत्रियों ने तो अपने 5-5, 7-7 बच्चे ने, उन्होंने कानून कितना पास करना, मेरी मेरी गल समझ आ गई। कानून किने पास करना, सरकार ने ही करना, सरकार ही कहूगी भी सारे भी वन चाइल्ड होना ही वन चाइल्ड चाहिए जिनी जनसंख्या है। पर गल है भी जिन्होंने कानून पास करना उन्होंने तो अपने 5-5, 7-7 बिहार आड़िया दे देखो यूपी आड़िया दे देखो उन्होंने अपने 11-11, 12-12 बच्चे ने तो उन्होंने कितों कानून पास करना। पर साडे लई ये की है इनका लोंग रन एक प्रॉब्लम बन रही है। हुण मेरी गल समझ आ रही है मैं की कह रही हाँ, देखो जब मैं पढ़ानी है पढ़ाते पढ़ाते मैंने 100 तरह की एग्जाम्पल्स देनिया पैंदियां ने, ठीक है चाहे वह मेरा लैक्चर यूट्यूब पै रहा हो नहीं,
पर मैनू एग्जाम्पल देनी पैंदी है, मैं तुहानू गल समझा रही हां वी चीन हुण सुपर पावर बन रहे हैं क्योंकि चीन ने अपनिया एक दो कमियां फड़ लिया, उन्हें उन्होंने सुधार कर लिया, ते अज ओह सारे देश दे नाल। चीन की गल कित्थे सी, मैं तुहानू कित्थों चीन शुरू किया सी वी चीन सारे देशों नू समान भेजदा पर अपने देश च बढ़न नहीं दिंदा। देखो किन्ने सियाणे, अपने देश च बढ़न नहीं दिंदा। वह कहिंदा असीं भेजांगे, दसो तुहानू की चाहिए, घट तो घट रेट दे उत्ते चको समान, पर वह आण नहीं दिंदे। क्यों? क्योंकि वह की चाहते हैं भी साडे देश विच किहदा समान विके, चीन दा। हुण तुसीं बड़े ध्यान नाल इस पॉइंट मेरी मान लो, मैं साबण लैण गई, ठीक है, साडी इंडिया दी टेंडेंसी की है, मान लो जे तां मैनूं कल्ला भारत दी बड़ी कंपनियां दी हिमालिया दा साबण मिल रहा होवे, ठीक है, कोई दो चार होर कंपनियां दा नीम साबण मिल रहा, फिर तां मैं उह लै के मुड़े आई, ठीक है। जदों मैं साबण लैण गई, मेरे अगे 10 साबण खुले हुए ने जी, आ लक्स कंपनी है जी, आ फलाना है जी, ये डव है जी, वो ये की है, सब इंटरनेशनल कंपनियां। तां मैं की प्रेफर करते हैं बाहरलियां कंपनियां दा। जदों असी बाहरली कंपनी की कोई चीज खरीदते हैं तां पैसा किहदे कोल जांदा है, किधर जांदा है, भारत विच कि बाहर? याद रखियो चीज, जदों असी भारत की बनी चीज खरीदते हैं भारत की कंपनी की, तां पैसा साडे कोल आउंदा है। जे असी गड्डी अपनी खरीदी, अपने भारत की फोर्ड खरीदी, टाटा खरीदी, पैसा साडे कोल आउणा, देश साडे दे, साडा पैसा साडे देश च है। पर जे असी दूजे जापानी गड्डी खरीदी, फिर वह कि पैसा किनू जाना? जापान की कंपनी, कुछ ही हिस्सा साडे मिलना, बाकी उत्थे जाना। मेरी गल समझ आ गई? इस करके जेडे सियाणे देश ने वह कहिंदे साडा समान बेचो, पर असी नहीं बेचना थोड़ा, असी अपना ही बेचांगे। सो जदों अजकल वैसे ऐदा बहुत घट है, सिर्फ अपने तानाशाह देश कह लो या सामवादी देश कह लो, चीन वर्गे रूस वर्गे जेडे बहुत टाइट जिन्हों का ढांचा है। मैं तुहानू मार्क्सवाद कराया सी, याद है, मार्क्सवाद कराया, चीन केड़े असूल ते चलदा है? मार्क्स दे। रूस केड़े असूल ते चलदा है? मार्क्स दे। मार्क्सवादी देश ने सामवादी, मेरी गल समझ आ गई? इहो देश ने ਜਿਹੜੇ ਆਪਣੀ ਅਰਥਵਿਵਸਥਾ ਨੂੰ ਜਕੜ ਕੇ ਰੱਖਦੇ ਨੇ। ਇਹ ਨਹੀਂ ਕਹਿੰਦੇ ਵੀ ਸਾਡੇ ਦੇਸ਼ ਚੋਂ ਆਵੇ ਸਮਾਨ ਬਾਹਰ ਜਾਵੇ, ਪਰ ਬਾਕੀ ਦੇਸ਼ਾਂ ਦੀ ਟੈਂਡੈਂਸੀ ਕੀ ਹੈ ਕਿ ਆਯਾਤ ਨਿਰਯਾਤ ਨੂੰ ਸੌਖਾ ਕੀਤਾ ਜਾਵੇ, ਆਯਾਤ ਨਿਰਯਾਤ ਉੱਤੇ ਬੰਦਿਸ਼ਾਂ ਘਟਾਈਆਂ ਜਾਣ। ਫੋਲੋ ਕਰ ਗਏ? ਉਦਾਰੀਕਰਨ ਪਤਾ ਲੱਗ ਗਿਆ ਕੀ ਹੈ? ਖੁੱਲਾਪਣ, ਆਜ਼ਾਦੀ, ਸੁਤੰਤਰਤਾ। ਕਿਹੜੀ ਆਜ਼ਾਦੀ, ਕਿਹੜੀ ਸੁਤੰਤਰਤਾ, ਕਿਹੜੀ ਆਜ਼ਾਦੀ, ਕਿਹੜੀ ਸੁਤੰਤਰਤਾ? ਆਰਥਿਕ ਖੇਤਰ ਵਿੱਚ। ਕਿਹੜੇ ਖੇਤਰ ਵਿੱਚ? ਆਰਥਿਕ ਖੇਤਰ, ਵੀ ਬੰਦੇ ਨੂੰ ਆਜ਼ਾਦ ਛੱਡੋ, ਜੋ ਬੰਦਾ ਕਰਨਾ ਚਾਹੁੰਦਾ ਕਰੇ, ਜਿਹੜਾ ਬਿਜ਼ਨਸ ਕਰਨਾ ਚਾਹੁੰਦਾ ਕਰੇ, ਸਮਾਨ ਮੰਗਾਉਣਾ ਚਾਹੁੰਦਾ ਮੰਗਾਵੇ, ਦੇਸ਼ ਭੇਜਣਾ ਚਾਹੁੰਦੇ ਭੇਜਣ, ਦੂਜੇ ਦੇਸ਼ ਨਾਲ ਵਪਾਰ ਕਰਨਾ ਚਾਹੁੰਦੇ ਕਰਨ, ਦੈਟ ਇਜ਼ ਕਾਲਡ ਉਦਾਰੀਕਰਨ। ਨੰਬਰ 3 ਲਿਖੋ, ਨਿੱਜੀਕਰਨ, ਪ੍ਰਾਈਵੇਟਾਈਜੇਸ਼ਨ। ਨਿੱਜੀਕਰਨ, ਪ੍ਰਾਈਵੇਟਾਈਜੇਸ਼ਨ, ਜਿਹੜਾ ਮੈਂ ਤੁਹਾਨੂੰ ਕਰਾ ਰਹੀ ਹਾਂ, ਐਗਜ਼ਾਮਪਲ ਦੇ ਰਹੀ ਹਾਂ, ਤੁਸੀਂ 5 ਲੱਖ ਕਿਤਾਬਾਂ ਛਾਣ ਲਓ, ਤੁਹਾਨੂੰ ਕਿਤੇ ਨੂੰ ਕਿਤੇ ਲੱਭਣਾ ਨਹੀਂ ਹੈਗਾ। ਜੇ ਤੁਸੀਂ ਸੋਚੋ ਵੀ ਅਸੀਂ ਕਿਤਾਬ ਚੋਂ ਪੜ੍ਹ ਲਾਂਗੇ, ਕਿਸੇ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੋਇਆ, ਕਿਤਾਬਾਂ ਭਾਵੇਂ 5000 ਮੈਨੂੰ ਕੀ ਹੁੰਦਾ ਹੈ ਵੀ, ਦੋ ਸੈਕਟਰ ਹੁੰਦੇ ਨੇ, ਇੱਥੇ ਇਕਨੋਮਿਕਸ ਵਾਲੇ ਬੱਚੇ ਵੀ ਬੈਠੇ ਨੇ, ਦੋ ਸੈਕਟਰ ਹੁੰਦੇ ਆ, ਇੱਕ ਪਬਲਿਕ ਸੈਕਟਰ, ਇੱਕ ਪ੍ਰਾਈਵੇਟ ਸੈਕਟਰ। ਕਿਹੜੇ ਦੋ ਸੈਕਟਰ ਹੁੰਦੇ ਆ, ਕੀ ਫਰਕ ਹੁੰਦਾ? ਪਬਲਿਕ ਸੈਕਟਰ ਕਿਹਦਾ ਹੁੰਦਾ? ਸਰਕਾਰ ਦੇ ਅੰਡਰ ਸਾਂਝਾ। ਲਿਖ ਲਓ, ਲਿਖੋ ਲਿਖੋ, ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ। ਅੰਗਰੇਜ਼ੀ ਚ, ਪੰਜਾਬੀ ਚ ਇਹਨੂੰ ਕਵਾਂਗੇ ਸਰਵਜਨਿਕ ਸੈਕਟਰ, ਸਰਵਜਨਿਕ ਖੇਤਰ। ਸਰਵਜਨਿਕ ਮੈਨੇ ਪਬਲਿਕ, ਪਬਲਿਕ ਮੈਨੇ ਆਮ ਲੋਕਾਂ ਦਾ, ਸਰਵਜਨਿਕ ਖੇਤਰ। ਦੂਜੇ ਨੂੰ ਕਹੋ ਨਿੱਜੀ ਖੇਤਰ, ਦੋ ਚੀਜ਼ਾਂ ਨੇ। ਹੁਣ ਬੜੇ ਧਿਆਨ ਨਾਲ ਮੇਰੀ ਗੱਲ ਸੁਣਿਓ, ਪਹਿਲਾਂ ਇਹ ਦੱਸੋ ਵੀ ਇੰਟਰਸਟਿੰਗ ਹੈ ਕਿ ਨਹੀਂ? ਬਹੁਤ ਇੰਟਰਸਟਿੰਗ ਹੈ। ਫੋਰਨ ਪਾਲਿਸੀ ਸਾਰੀ ਹੀ, ਆ ਤਾਂ ਕਰੋਨਾ ਨੇ ਕੰਮ ਖਰਾਬ ਕਰਤਾ, ਅਦਰਵਾਈਜ਼ ਫੋਰਨ ਪਾਲਿਸੀ ਤਾਂ ਪੜ੍ਹ ਕੇ ਵੀ ਮਜ਼ਾ ਆ ਜਾਂਦਾ ਹੈ ਤੇ ਪੜ੍ਹਾ ਕੇ ਵੀ ਮਜ਼ਾ ਆ ਜਾਂਦਾ। ਹੁਣ ਜਿਹੜੇ 20-22 ਦਿਨ ਮਹਾਰਾਜ ਨੇ ਜੇ ਦੇਤੇ ਹੈ, ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਤੇ ਹੈ 20-22 ਦਿਨ, ਤਾਂ ਪੜ੍ਹ ਲਿਓ। ਆ ਗਈ ਗੱਲ ਸਮਝ? ਹਾਂ ਬੇਟੇ, ਸਰਕਾਰੀ ਸਰਵਜਨਿਕ ਖੇਤਰ ਤੇ ਪ੍ਰਾਈਵੇਟ ਖੇਤਰ ਚ ਕੀ ਫਰਕ ਹੈ? ਤੁਹਾਡਾ ਸਕੂਲ ਕਿਹੜਾ ਹੈ? ਸਰਕਾਰੀ, ਸਰਕਾਰੀ, ਕੋਈ ਵੀ ਐਡਮਿਸ਼ਨ ਲੈ ਸਕਦਾ, ਲੈ ਸਕਦਾ, ਕੋਈ ਫੀਸ ਨੀ, ਕੋਈ ਖਰਚਾ ਨੀ। ਖਰਚਾ ਜਿਹੜਾ ਹੈਗਾ ਕੌਣ ਬੀਅਰ ਕਰਦੀ ਹੈ? ਸਰਕਾਰ। ਦੂਜੇ ਪਾਸੇ ਸਕੂਲ ਪ੍ਰਾਈਵੇਟ ਹੁੰਦੇ, ਪ੍ਰਾਈਵੇਟ ਸਕੂਲ, ਉਹਨਾਂ ਦੀਆਂ ਫੀਸਾਂ ਉਹਨਾਂ ਦੀ ਮਰਜ਼ੀ ਦੇ ਨਾਲ,
ਉਹਨਾਂ ਦੇ ਖਰਚੇ ਉਹਨਾਂ ਦੀ ਮਰਜ਼ੀ ਦੇ ਨਾਲ, ਸਾਰਾ ਕੁਝ ਤੁਹਾਨੂੰ ਫੀਸ ਪੁੱਗਦੀ ਹੈ, ਤੁਸੀਂ ਦਾਖਲ ਹੋ, ਨਹੀਂ ਫੀਸ ਪੁੱਗਦੀ ਤੁਸੀਂ ਚੁੱਪ ਕਰਕੇ ਬੈਠੋ। ਤੁਸੀਂ ਕਹਿ ਨਹੀਂ ਸਕਦੇ ਵੀ ਨਾ ਨਾ ਮੈਂ ਤਾਂ ਇਸੇ ਸਕੂਲ 'ਚ ਦਾਖਲ ਹੋਣਾ ਪਰ ਫੀਸ ਨਹੀਂ ਦੇਣੀ। ਨੋ, ਫੀਸ ਪੁੱਗਦੀ ਹੈ। ਹੋ ਜਾਓ ਪ੍ਰਾਈਵੇਟ ਹਸਪਤਾਲ, ਸਰਕਾਰੀ ਹਸਪਤਾਲ, ਠੀਕ ਹੈ। ਰੱਬ ਨਾ ਕਰੇ ਦਿਲ ਦਾ ਦੌਰਾ ਪੈ ਗਿਆ, ਜੇ ਤਾਂ ਨੋਟ ਹੈਗੇ ਆ ਫਿਰ ਕਿੱਥੇ ਭੱਜੋ, ਪ੍ਰਾਈਵੇਟ 'ਚ 40 ਭੱਜੋ, ਮੈਕਸ ਭੱਜੋ। ਜੇ ਨੋਟ ਨਹੀਂ ਹੈਗੇ ਫਿਰ ਸਰਕਾਰੀ ਹਸਪਤਾਲ ਹੈਗਾ, 6 ਫੇਸ ਹੈਗਾ, PGI ਹੈਗਾ, 16 ਹੈਗਾ, ਜਾਓ ਬਈ। ਆ ਗਈ ਗੱਲ ਸਮਝ? ਤੁਸੀਂ ਜਾਣਾ ਅੰਮ੍ਰਿਤਸਰ, ਠੀਕ ਹੈ, ਆਮ ਬੱਸ ਤੇ ਜਾਂਦੇ ਹੋ ਤੁਹਾਡੀ ਟਿਕਟ ਲੱਗੂਗੀ 230 ਰੁਪਏ। ਵੋਲਵੋ ਤੇ ਜਾਣਾ ਵੀ ਮੈਂ ਤਾਂ AC 'ਚ ਐਂ ਕਰਕੇ ਜਾ ਰਿਹਾ, ਮੈਂ ਨਹੀਂ, ਮੈਂ ਤਾਂ ਗਰਮੀ ਬਹੁਤ ਆ ਰਹੀ, ਮੈਂ ਤਾਂ ਐਂ ਕਰਕੇ ਬੈਠ ਕੇ ਜਾਊ, ਫਿਰ ਟਿਕਟ ਲੱਗੂਗੀ 800 ਰੁਪਏ। 800 ਰੁਪਏ ਹੈਗੇ ਆ, ਜਾਓ। ਨਹੀਂ ਹੈਗੇ ਤਾਂ 200 ਵਾਲੀ ਤੇ ਜਾਓ। ਆ ਗਈ ਮੇਰੀ ਗੱਲ ਸਮਝ? ਸੈਕਟਰ ਸਮਝ ਆ ਰਹੇ? ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ। ਰੇਲ ਗੱਡੀ ਕੀ ਹੈ? ਸਰਵਜਨਿਕ। ਉਹ ਰੇਲ ਗੱਡੀ ਕੀ ਹੈ? ਏਅਰ ਇੰਡੀਆ ਕੀ ਹੈ? ਸਰਵਜਨਿਕ ਹੈ ਪਰ ਟਿਕਟ ਲੱਗਦੀ ਹੈ। ਜੇ ਕਿਸੇ ਬੰਦੇ ਨੇ ਪ੍ਰਾਈਵੇਟ ਜੈਟ ਲੈ ਲਿਆ ਉਹ ਕੀ ਹੈ? ਪ੍ਰਾਈਵੇਟ ਹੈ ਅਗਲੇ ਦਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੂੰ ਜੈਟ ਲੈ ਲਿਆ ਹੁਣ ਮੈਨੂੰ ਵੀ ਇਹਦੇ ਚ ਬਿਠਾਣਾ, ਉਹਦਾ ਪ੍ਰਾਈਵੇਟ ਚੀਜ਼ ਹੈ। ਤੁਹਾਡਾ ਘਰ ਕੀ ਹੈ? ਪ੍ਰਾਈਵੇਟ ਹੈ। ਤੁਹਾਡਾ ਘਰ ਕੀ ਹੈ? ਪ੍ਰਾਈਵੇਟ ਹੈ। ਪਰ ਜੇ ਸਰਕਾਰ ਨੇ ਅਪਾਰਟਮੈਂਟ ਬਣਾ ਕੇ ਦੇਤੇ ਉਹ ਕੀ ਹੈ? ਸਰਵਜਨਿਕ ਨੇ। ਜਿਹੜਾ ਆਊਗਾ, ਅੱਜ ਮੈਂ ਨੌਕਰੀ ਕਰਦੀ ਹਾਂ, ਮੈਨੂੰ ਘਰ ਮਿਲਿਆ ਹੋਇਆ, ਮੇਰੀ ਨੌਕਰੀ ਖਤਮ ਹੋ ਗਈ, ਜਿਹੜਾ ਨਵਾਂ ਆਊਗਾ ਉਹਨੂੰ ਮਿਲੂਗਾ। ਕਿਹੜੇ ਖੇਤਰ ਹੁੰਦੇ ਨੇ? ਦੋ। ਹੁਣ ਪ੍ਰਾਈਵੇਟ ਤੇ ਸਰਵਜਨਿਕ ਸਮਝ ਆ ਗਿਆ। ਅੱਛਾ, ਹੁਣ ਅੱਜ ਕੱਲ੍ਹ, ਹੁਣ ਮੇਰੀ ਗੱਲ ਦਾ, ਹੁਣ ਅਗਲੀ ਗੱਲ ਦਾ ਜਵਾਬ ਦਿਓ। ਹੁਣ ਅੱਜ ਕੱਲ੍ਹ ਦਾ ਟ੍ਰੈਂਡ ਕਿਹਦਾ ਹੈ? ਅੱਜ ਕੱਲ੍ਹ ਟ੍ਰੈਂਡ ਕਿਹਦਾ ਹੈ? ਸਰਵਜਨਿਕ ਖੇਤਰ ਦਾ ਕਿ ਪ੍ਰਾਈਵੇਟ ਖੇਤਰ ਦਾ? ਪ੍ਰਾਈਵੇਟ ਖੇਤਰ ਦਾ। ਟ੍ਰੈਂਡ ਕਿਹਦਾ ਹੈ? ਪ੍ਰਾਈਵੇਟ ਖੇਤਰ ਦਾ। ਪ੍ਰਾਈਵੇਟ ਜਿੰਨੇ ਵਿਕਾਸ ਵਿਕਸਿਤ ਦੇਸ਼ ਨੇ, ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ, ਇੰਗਲੈਂਡ, ਜਿੰਨੇ ਘੈਂਟ ਵਾਲੇ ਦੇਸ਼ ਨੇ, ਇਹ ਸਾਰੇ ਕੀ ਕਹਿੰਦੇ ਨੇ? ਪ੍ਰਾਈਵੇਟ। ਬੇਟੇ ਉਹ ਬੱਚੇ ਉੱਠ ਜਾਓ, ਇੱਥੇ ਗਾਇਬ ਹੋ ਜਾਓ। ਉਹ ਸਾਰੇ ਕੀ ਕਰਦੇ ਨੇ? ਪ੍ਰਾਈਵੇਟ। ਅੱਛਾ, ਵਿਕਾਸ ਜ਼ਿਆਦਾ ਕਿਹਦੇ 'ਚ ਹੁੰਦਾ? ਹੁਣ ਮੈਨੂੰ ਸੋਚ ਕੇ ਜਵਾਬ ਦੇਣਾ। ਵਿਕਾਸ, ਡਿਵੈਲਪਮੈਂਟ ਜ਼ਿਆਦਾ ਕਿੱਥੇ ਹੋਊਗੀ? ਸਰਵਜਨਿਕ ਖੇਤਰ ਵਿੱਚ ਕਿ ਪ੍ਰਾਈਵੇਟ 'ਚ? ਮੰਨ ਲਓ ਮੈਂ ਸਰਕਾਰ ਹਾਂ, ਮੈਂ ਸਰਕਾਰੀ ਸਕੂਲ 'ਚ ਕੰਮ ਕਰਦੀ ਹਾਂ, ਠੀਕ ਹੈ। ਮੈਨੂੰ ਪਤਾ ਵੀ ਭਾਈ ਮੈਨੂੰ ਮਹੀਨੇ ਮਗਰੋਂ ਤਨਖਾਹ ਮਿਲੇ ਜਾਣੀ ਹੈ, ਚਾਹੇ ਮੈਂ ਪੜ੍ਹਾਵਾਂ ਚਾਹੇ ਮੈਂ ਨਹੀਂ ਪੜ੍ਹਾਵਾਂ। ਤਾਂ ਹੀ ਕਈ ਵਾਰੀ ਗੁੱਸੇ 'ਚ ਤੁਹਾਨੂੰ ਮੈਂ ਕਹਿੰਦੀ ਹੁੰਦੀ ਹਾਂ ਵੀ ਭਾਈ ਤੁਸੀਂ ਜੇ ਨਹੀਂ ਵੀ ਪੜ੍ਹੋਗੇ ਸਾਡੀ ਤਨਖਾਹ, ਸਾਡੇ ਤਾਂ ਕੋਈ ਫਰਕ ਨਹੀਂ ਪੈਂਦਾ, ਸਾਨੂੰ ਤਾਂ ਵਧੀਆ ਤਨਖਾਹ ਆਪਣੀ ਮਿਲ ਜਾਣੀ। ਪਰ ਮੰਨ ਲਓ ਮੈਂ ਇੱਥੇ ਨਾ ਪੜ੍ਹਾਵਾਂ, ਕੋਈ ਗੱਲ ਨਹੀਂ, ਤਾਂ ਵੀ ਮੈਨੂੰ ਤਨਖਾਹ ਮਿਲ ਜਾਣੀ। ਪਰ ਜੇ ਮੈਂ ਪ੍ਰਾਈਵੇਟ ਸਕੂਲ 'ਚ ਲੱਗੀ ਹੋਵਾਂ, ਉੱਥੇ ਨਾ ਪੜ੍ਹਾਵਾਂ, ਉਹ ਮੈਨੂੰ ਰੱਖਣਗੇ? ਕੱਢ ਕੇ ਬਾਹਰ ਮਾਰਨਗੇ। ਪ੍ਰਾਈਵੇਟ 'ਚ ਕਿਹੜੇ ਬੰਦੇ ਰੱਖਦੇ ਨੇ? ਜਿਹੜੇ ਬੰਦੇ ਇੰਟੈਲੀਜੈਂਟ ਹੋਣ, ਐਫੀਸ਼ੀਐਂਟ ਹੋਣ। ਪ੍ਰਾਈਵੇਟ ਨੌਕਰੀ ਦਾ ਮਤਲਬ ਕੀ ਹੈ? ਪ੍ਰਾਈਵੇਟ ਨੌਕਰੀ ਦਾ ਮਤਲਬ ਕੀ ਹੈ? ਮੰਨ ਲਓ ਇੱਕ ਦੁਕਾਨ ਹੈ, ਜੇ ਤਾਂ ਤੁਹਾਡੀ ਦੁਕਾਨ ਹੈ, ਜਾਂ ਮੰਨ ਲਓ ਮੈਂ ਦੁਕਾਨ ਖੋਲ ਲਈ, ਮੈਂ ਦੁਕਾਨ ਦੇ ਉੱਤੇ ਕੰਮ ਕਰ ਰਹੀ ਹਾਂ, ਮੈਂ ਦੋ ਨੌਕਰ ਰੱਖੇ ਹੋਏ ਨੇ, ਫਰਕ ਕੀ ਹੋਊਗਾ? ਮੈਂ ਦੁਕਾਨ ਤੇ ਮਰ ਕੇ ਕੰਮ ਕਰੂੰਗੀ। ਕਿਉਂ ਮਰ ਕੇ ਕੰਮ ਕਰੂੰਗੀ? ਮੇਰੀ ਦੁਕਾਨ ਹੈ, ਮੈਨੂੰ ਫਾਇਦਾ ਮਿਲਣਾ, ਪ੍ਰੋਫਿਟ ਮੇਰੇ ਕੋਲ ਆਉਣਾ। ਨੌਕਰ ਨਹੀਂ ਕਰਨਗੇ ਮਰ ਕੇ, ਕਿਉਂ ਕਿਉਂ ਨਹੀਂ ਕਰਨਗੇ? ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਤਾਂ 10,000 ਦੇਣਾ ਇਹਨੇ, ਭਾਵੇਂ ਇਹ 1,00,000 ਕਮਾਵੇ, ਭਾਵੇਂ 10,00,000 ਕਮਾਵੇ, ਮੈਨੂੰ ਤਾਂ 10। ਪਰ ਜੇ ਮੈਂ ਨੌਕਰ ਨੂੰ ਇੱਕ ਗੱਲ ਕਹਿਣਾ ਵੀ ਗੱਲ ਸੁਣ, ਜਿੰਨੀ ਸੇਲ ਹੋਊਗੀ ਉਹਦਾ 10% ਹਿੱਸਾ ਤੈਨੂੰ, ਭੱਜ ਭੱਜ ਕੰਮ ਕਰੂ ਕਿ ਨਹੀਂ ਕਰੂ? ਕਰੂ ਕਿ ਨਹੀਂ ਕਰੂ? ਕਰੂ। ਕੀ ਮਤਲਬ? ਬੰਦਾ ਤਰੱਕੀ ਕਦੋਂ ਕਰਦਾ? ਜਦੋਂ ਬੰਦੇ ਦਾ ਕੁਛ ਆਪਣਾ ਇੰਟਰਸਟ ਹੁੰਦਾ। ਮੇਰੀ ਗੱਲ ਸਮਝ ਆ ਗਈ? ਹੁਣ ਅੱਜ ਕੱਲ੍ਹ ਦੇ ਬੱਚੇ ਕੀ ਕਹਿੰਦੇ ਨੇ? ਅੱਜ ਕੱਲ੍ਹ ਦੇ ਬੱਚਿਆਂ ਨੂੰ ਜੇ ਕਹੋ ਨਾ ਨੌਕਰੀ ਕਰ ਲਓ, ਕਹਿੰਦੇ ਲੈ ਨੌਕਰੀ ਨਹੀਂ ਕਰਨੀ, ਨੌਕਰੀ ਨਾਲੋਂ ਅਸੀਂ ਆਪਣਾ ਕੰਮ ਕਰਾਂਗੇ, ਆਪਣਾ ਕੰਮ ਇਹਨੇ ਨਿੱਜੀ। ਹੁਣ ਅੱਜ ਸੰਸਾਰ ਦਾ ਰੁੱਖ ਕਿੱਧਰ ਚੱਲਿਆ ਹੋਇਆ ਹੈ? ਨਿੱਜੀ ਵੱਲ। ਉਹ ਕਹਿੰਦੇ ਸਭ ਕੁਛ, ਤਾਂ ਹੀ ਤਾਂ ਸਰਕਾਰ ਸਰਕਾਰੀ ਵੇਚੀ ਜਾਂਦੀ ਹੈ, ਸਰਕਾਰੀ ਸਕੂਲ ਵੇਚੀ ਜਾਂਦੀ ਹੈ। ਕਿਉਂ? ਕਿਉਂਕਿ ਜਿੰਨੇ ਸਰਕਾਰ ਦੇ ਅਦਾਰੇ ਨੇ ਉਹਦੇ 'ਚ ਜਾ ਰਹੇ ਨੇ ਘਾਟੇ 'ਚ ਜਾ ਰਹੇ, ਸਰਕਾਰ ਦੇ ਸਾਰੇ ਅਦਾਰੇ ਘਾਟੇ 'ਚ ਜਾ ਰਹੇ ਨੇ, ਪ੍ਰਾਈਵੇਟ ਸਾਰੇ ਵਧੀਆ ਜਾ ਰਹੇ, ਪ੍ਰੋਫਿਟ 'ਚ ਜਾ ਰਹੇ ਨੇ। ਕਿਉਂਕਿ ਸਰਕਾਰ ਦੇ ਵਿੱਚ ਕੀ ਹੈ, ਬੰਦਾ ਇੱਕ ਵਾਰੀ ਆ ਗਿਆ, ਪੁਰਾਣੇ ਟਾਈਮ 'ਚ ਤਾਂ ਕਹਿੰਦੇ ਸੀ ਸਰਕਾਰ ਦੇ ਜਵਾਈ, ਜਿਹਨੂੰ ਸਰਕਾਰੀ ਨੌਕਰੀ ਮਿਲ ਜਾਏ ਨਾ ਉਹਨੂੰ ਕਹਿੰਦੇ ਹੁੰਦੇ ਸੀ ਵੀ ਸਰਕਾਰ ਦਾ ਜਵਾਈ ਹੈ। ਜਵਾਈ ਮਤਲਬ, ਜਵਾਈ ਨੂੰ ਆਪਾਂ ਕੁਛ ਨਹੀਂ ਨਾ ਕਹਿ ਸਕਦੇ, ਜਵਾਈ ਜੋ ਮਰਜ਼ੀ ਕਰੇ ਆਪਾਂ ਜਵਾਈ ਨੂੰ ਕੁਛ ਨਹੀਂ ਕਹਿੰਦੇ। ਉਸੇ ਤਰੀਕੇ ਨਾਲ ਜਿਹੜਾ ਬੰਦਾ ਸਰਕਾਰੀ ਨੌਕਰੀ 'ਚ ਆ ਗਿਆ, ਉਹ ਭਾਵੇਂ ਕੰਮ ਕਰੇ ਭਾਵੇਂ ਨਾ ਕਰੇ, ਉਹਨੂੰ ਸਰਕਾਰ ਕੁਛ ਨਹੀਂ ਕਹਿੰਦੀ, ਭਾਈ ਉਹਨੂੰ ਤਨਖਾਹ ਦੇਣੀ ਹੋ ਪੈਂਦੀ ਹੈ। ਪਰ ਹੁਣ ਟ੍ਰੈਂਡ ਨਹੀਂ ਹੈ, ਹੁਣ ਟ੍ਰੈਂਡ ਕੀ ਆ ਗਿਆ ਕਿ ਲੋਕ ਕਿੱਧਰ ਵੱਧ ਰਹੇ ਨੇ? ਪ੍ਰਾਈਵੇਟਾਈਜੇਸ਼ਨ ਦਾ। ਸਮਝ ਆ ਗਈ? ਆਪਣਾ ਕੰਮ,
ਆਪਣੀਆਂ ਚੀਜ਼ਾਂ। ਅੱਛਾ ਹੁਣ ਸੜਕਾਂ ਦੇਖੋ, ਇੱਕ ਤੁਸੀਂ ਕਦੇ ਚੀਜ਼ਾਂ ਨੋਟ ਨਹੀਂ ਕੀਤੀਆਂ ਹੋਣੀਆਂ ਨਾ, ਹੁਣ ਕਰੋਗੇ। ਅੱਗੇ ਯਾਰ ਆਪਾਂ ਪੰਜਾਬ 'ਚ ਸਫ਼ਰ ਕਰਦੇ ਸੀਗੇ, ਸੜਕਾਂ ਕਿੰਨੀਆਂ ਟੁੱਟੀਆਂ ਹੁੰਦੀਆਂ ਸੀ। ਲੈ ਹੁਣ ਜਿੱਧਰ ਮਰਜ਼ੀ ਚੱਲ ਜਾਓ, ਘੈਂਟ ਸੜਕਾਂ ਕੀ ਲੱਗਦਾ ਸੜਕਾਂ ਤੇ। ਹੁਣ ਜੇ ਇੱਕ ਵਾਰੀ ਸਰਕਾਰ ਨੇ ਸੜਕ ਬਣਾਤੀ, ਸੜਕ ਮੇਨਟੇਨ ਕਰਨੀ ਪਊਗੀ ਕਿ ਨਹੀਂ ਕਰਨੀ ਪਊਗੀ, ਕਰਨੀ ਪਊਗੀ ਨਹੀਂ, ਕੀ ਲੱਗਦਾ? ਜਿੱਥੇ ਮਰਜ਼ੀ ਚੱਲ ਜਾਓ, ਅੰਮ੍ਰਿਤਸਰ ਤੱਕ ਚੱਲ ਜਾਓ, ਤੁਹਾਡਾ ਘੱਟੋ ਘੱਟ 350 ਰੁਪਇਆ ਕੀ ਲੱਗਦਾ? ਟੋਲ ਲੱਗਦਾ ਕਿ ਨਹੀਂ ਲੱਗਦਾ? ਜਿੱਧਰ ਮਰਜ਼ੀ ਚੱਲ ਜਾਓ ਕੀ ਲੱਗਦਾ? ਟੋਲ। ਟੋਲ ਮਤਲਬ ਮੇਨਟੇਨੈਂਸ, ਇਟਸ ਨੋਟ ਟੈਕਸ, ਇਟਸ ਅ ਮੇਨਟੇਨੈਂਸ। ਮੇਨਟੇਨੈਂਸ ਮੈਨੇ ਸੜਕ ਨੂੰ ਆਪਾਂ ਬਣਾ ਕੇ ਰੱਖ ਰਹੇ ਹਾਂ, ਜੇ ਟੁੱਟੀ ਭੱਜੀ ਹੋਊਗੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਠੀਕ ਕਰਨਗੇ। ਉਹ ਕਿਹਦੇ ਕੋਲ ਹੈ? ਸਰਕਾਰ ਨੂੰ ਫਾਇਦਾ ਹੋਇਆ, ਸਰਕਾਰ ਨੇ ਮੰਨ ਲਓ ਮੇਰੀ ਕੰਪਨੀ ਹੈ, ਮੈਨੂੰ ਦੇਤਾ ਵੀ ਆਹ ਟੋਲ ਤੈਨੂੰ ਦੇਤਾ, ਠੀਕ ਹੈ, ਇਹਦਾ 20% ਜਾਂ 30% ਹਿੱਸਾ ਸਰਕਾਰ ਕੋਲ, 70% ਤੇਰੇ ਕੋਲ, ਜ਼ਿੰਮੇਵਾਰੀ ਤੇਰੀ। ਸਰਕਾਰ ਨੂੰ ਬੈਠੇ ਬੈਠੇ ਕੀ ਮਿਲ ਰਿਹਾ? ਪੈਸਾ। ਮੇਨਟੇਨ ਕਿਹਨੇ ਕਰਨਾ, ਖਰਚਾ ਕਿਹਨੇ ਕਰਨਾ? ਜਿਸ ਕੰਪਨੀ ਕੋਲ ਹੈ। ਮੇਰੀ ਗੱਲ ਸਮਝ ਆ ਗਈ? ਸਰਕਾਰ ਹੁਣ ਕੀ ਚਾਹੁੰਦੀ ਹੈ? ਸਰਕਾਰ ਤਾਂ ਚਾਹੁੰਦੀ ਹੈ ਸਰਕਾਰੀ ਸਕੂਲ ਵੀ ਬੰਦ ਕਰ ਦਈਏ, ਸਰਕਾਰੀ ਹਸਪਤਾਲ ਵੀ ਬੰਦ ਕਰਕੇ ਸਾਰੇ ਕੁਛ ਕੀ ਕਰ ਦਈਏ, ਪ੍ਰਾਈਵੇਟ ਕਰ ਦਈਏ। ਸੋ ਇੱਕ ਜਿਹੜੇ ਹੋਰ ਤੁਹਾਨੂੰ ਫਰਕ ਦੱਸਾਂ, ਰਸ਼ੀਆ, ਚਾਈਨਾ, ਜਿੰਨੇ ਸਾਮਵਾਦੀ ਦੇਸ਼ ਨੇ, ਮੇਰੀ ਮੇਰਾ ਪੁਆਇੰਟ ਸਮਝ ਲਿਓ, ਜੋ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਨਾ, ਹੋ ਸਕਦਾ ਤੁਹਾਨੂੰ ਇੱਥੇ ਤੁਹਾਡਾ ਉਹਦੇ ਨਾਲ ਕੋਈ ਤਾਲਕ ਨਾ ਹੋਵੇ। ਜਦੋਂ ਤੁਸੀਂ BA MA ਕਰਨੀ ਹੈ ਨਾ, ਤੁਹਾਡੇ ਚੋਂ ਜੇ 10 ਬੱਚਿਆਂ ਨੇ ਵੀ BA MA ਕਰਨੀ, ਤੁਹਾਨੂੰ ਉੱਥੇ ਉੱਥੇ ਨੀ ਕਿਸੇ ਨੇ ਇੰਨੀਆਂ ਉਦਾਹਰਨਾਂ ਦੇਣੀਆਂ। ਅੱਜ ਅੱਜ ਮੇਰੀ ਗੱਲ ਯਾਦ ਕਰ ਲਿਓ, ਜਿੰਨੀ ਆਹ ਲੈਸਨ ਹੈ ਤੁਹਾਡਾ ਵਿਸ਼ਵੀਕਰਨ, ਮੈਂ 40 ਮਿੰਟ ਵਿੱਚ ਮੁਕਾ ਦੇਣਾ ਸੀ। ਐਜੂਸੈਟ ਤੇ ਮੈਂ 40 ਮਿੰਟ ਚ ਲੈਕਚਰ ਦਿੱਤਾ ਹੋਇਆ। ਮੈਂ ਤੁਹਾਨੂੰ ਇੰਨੀ ਡਿਟੇਲ ਕਿਉਂ ਕਰਾ ਰਹੀ ਹਾਂ? ਸਿਰਫ ਇੱਕ ਰੀਜ਼ਨ ਕਿ ਹੋ ਸਕਦਾ ਮੇਰੇ 5, 7, 10 ਬੱਚੇ ਜਾਂ ਮੇਰੇ ਪੰਜਾਬ ਦੇ 50 ਬੱਚੇ, 100 ਬੱਚੇ ਜਿਨ੍ਹਾਂ ਨੇ ਕੱਲ ਨੂੰ MA ਪੋਲੀਟੀਕਲ ਸਾਇੰਸ ਕਰਨੀ ਹੈ, BA ਕਰਨੀ ਹੈ, ਉਹਨਾਂ ਨੂੰ ਉੱਥੇ ਜਾ ਕੇ ਉੱਥੇ ਤੁਹਾਡੇ ਕਾਲਜ ਵਾਲੇ ਟੀਚਰਾਂ ਨੇ ਤੁਹਾਨੂੰ ਨੀ ਸਮਝਾਉਣਾ। ਇੰਨੇ ਸਾਮਵਾਦੀ ਦੇਸ਼ ਨੇ, ਸਾਮਵਾਦੀ ਦੇਸ਼ ਕਿਹੜੇ ਹੁੰਦੇ? ਬੋਲੋ, ਮਾਰਕਸ ਦੀ ਵਿਚਾਰਧਾਰਾ ਹੈ। ਜਿੰਨੇ ਸਾਮਵਾਦੀ ਦੇਸ਼ ਨੇ ਉਹਨਾਂ ਦੀ ਕੀ ਹੈ? ਟਾਈਟ। ਉਹਨਾਂ ਦੀ ਅਰਥ ਵਿਵਸਥਾ ਕੀ ਹੈ? ਟਾਈਟ। ਨਾ ਉਹ ਕਿਸੇ ਨੂੰ ਆਣ ਦੇਣ, ਨਾ ਕਿਸੇ ਨਾਲ ਫਾਲਤੂ ਮੂੰਹ ਲਾਉਣ, ਨਾ ਵਿਦੇਸ਼ੀ ਕੰਪਨੀ ਆਣ ਦੇਣੀ, ਨਾ ਕਰਨਾ। ਉੱਥੇ ਕੀ ਹੈ? ਮਾਰਕਸ ਵਾਲਾ, ਮਾਰਕਸ ਦਾ ਲੈਸਨ ਜਦ ਮੈਂ ਕਰਾਇਆ ਸੀ ਕੀ ਦੱਸਿਆ ਸੀ? ਮਾਰਕਸ ਬੰਦੇ ਨੂੰ ਕੀ ਛੱਡਣਾ ਚਾਹੁੰਦਾ? ਆਜ਼ਾਦ ਕਿ ਕੱਸ ਕੇ ਰੱਖਣਾ ਚਾਹੁੰਦਾ? ਕੱਸ ਕੇ। ਮਾਰਕਸ ਨੇ ਕੀ ਕਿਹਾ ਸੀ? ਹਰ ਬੰਦਾ ਕੰਮ ਕਰੇਗਾ, ਜੋ ਕੰਮ ਨਹੀਂ ਕਰੇਗਾ ਉਹ ਰੋਟੀ ਨਹੀਂ ਖਾਏਗਾ। ਮੈਂ ਤੁਹਾਨੂੰ ਦੱਸਿਆ ਸੀ, ਦੱਸਿਆ ਸੀ, ਇਹ ਵੀ ਦੱਸਿਆ ਸੀ, ਯਾਦ ਕਰੋ ਵੀ ਕਾਰਲ ਮਾਰਕਸ ਦੇ ਮਾਰਕਸਵਾਦ ਦੇ ਵਿੱਚ ਕਿਸੇ ਦਾ ਇਹ ਨਹੀਂ ਵੀ ਮੇਰਾ ਘਰ, ਮੇਰੀ ਸੰਪਤੀ, ਮੇਰਾ ਉੱਥੇ ਸਭ ਕੁਛ ਕਿਹਦੇ ਅੰਡਰ ਹੈ? ਸਰਕਾਰ ਦੇ। ਕਿਹਦੇ ਅੰਡਰ ਹੈ? ਸਰਕਾਰ ਦੇ। ਬਾਕੀ ਜਿੰਨੇ ਯੂਰੋਪੀਅਨ ਕੰਟਰੀਜ਼ ਨੇ ਉੱਥੇ ਸਭ ਕੁਛ ਕਿਹਦੇ ਹੱਥਾਂ ਚ ਹੈ? ਲੋਕਾਂ ਦੇ, ਪ੍ਰਾਈਵੇਟ। ਹੁਣ ਯਾਦ ਰਹੂਗਾ, ਸੰਸਾਰ ਦੇ 2 ਗੁੱਟ ਨੇ, ਕਿੰਨੇ ਗੁੱਟ ਨੇ ਯਾਦ ਰੱਖਿਓ? ਇੱਕ ਯੂਰੋਪੀਅਨ, ਇੱਕ ਸਾਮਵਾਦੀ। ਵਿਚਾਰਧਾਰਾ ਨੂੰ ਜੇ ਆਪਾਂ ਲੈ ਕੇ ਚੱਲੀਏ, ਯੂਰੋਪੀਅਨ ਵਾਲੇ ਜਿਵੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਫਰਾਂਸ, ਜਰਮਨੀ, ਇਟਲੀ, ਸਾਰੇ ਘੈਂਟ ਵਾਲੇ ਦੇਸ਼, ਇਹ ਸਭ ਕੀ ਚਾਹੁੰਦੇ? ਪ੍ਰਾਈਵੇਟਾਈਜੇਸ਼ਨ ਵੀ ਲੋਕਾਂ ਦੇ ਹੱਥਾਂ ਚ ਦਿਓ ਤਾਂ ਕਿ ਲੋਕ ਮਿਹਨਤ ਕਰਨ ਤੇ ਤਰੱਕੀ ਹੋਵੇ ਦੇਸ਼ ਦੀ। ਤੇ ਜਿੰਨੇ ਸਾਮਵਾਦੀ ਦੇਸ਼ ਨੇ ਇਹ ਸਭ ਵਿੱਚ ਕੀ ਹੈ? ਸਰਕਾਰ ਦੇ ਹੱਥ ਵਿੱਚ, ਇੱਥੇ ਪ੍ਰਾਈਵੇਟਾਈਜੇਸ਼ਨ ਨਹੀਂ ਹੈ ਸਰਕਾਰ ਦੇ। ਤੇ ਆਪਣਾ ਭਾਰਤ, ਹਾਂਜੀ, ਜੇ ਤੁਹਾਨੂੰ ਕੋਈ ਪੁੱਛ ਲਓ, ਦੱਸੋ ਭਾਰਤ ਪ੍ਰਾਈਵੇਟਾਈਜੇਸ਼ਨ ਚੱਲਦੀ ਹੈ ਭਾਰਤ ਵਿੱਚ ਕਿ ਨਿੱਜੀਕਰਨ ਚੱਲਦਾ ਕਿ ਸਰਵਜਨਿਕ ਖੇਤਰ ਚੱਲਦਾ? ਹੁਣ ਤਾਂ ਐਗਜਾਮਪਲ ਦਿੱਤੀ ਹੈ ਮੈਂ, ਦੋਨੋਂ ਚੱਲਦੇ ਯਾਰ, ਕੀ ਹੋ ਗਿਆ? ਭਾਰਤ ਵਿੱਚ ਦੋਨੋਂ ਨੀ ਚੱਲਦੇ? ਪ੍ਰਾਈਵੇਟ ਸਕੂਲ ਵੀ ਹੈ, ਸਰਕਾਰੀ ਵੀ ਹੈ, ਪ੍ਰਾਈਵੇਟ ਕਾਲਜ ਵੀ ਹੈ, ਸਰਕਾਰੀ ਵੀ ਹੈ, ਪ੍ਰਾਈਵੇਟ ਬੱਸਾਂ ਵੀ ਹੈ, ਸਰਕਾਰੀ ਵੀ ਹੈ, ਪ੍ਰਾਈਵੇਟ ਹਸਪਤਾਲ ਵੀ ਹੈ, ਸਰਕਾਰੀ ਵੀ ਹੈ, ਪ੍ਰਾਈਵੇਟ ਦਫ਼ਤਰ ਵੀ ਹੈ, ਸਰਕਾਰੀ ਵੀ ਹੈ, ਭਾਰਤ ਵਿੱਚ ਵੀ ਦੋਨੋਂ ਹੈ। ਇਸ ਕਰਕੇ ਭਾਰਤ ਦੀ ਅਰਥ ਵਿਵਸਥਾ ਨੂੰ ਕੀ ਕਿਹਾ ਜਾਂਦਾ ਹੈ? ਮਿਸ਼ਰਤ ਅਰਥ ਵਿਵਸਥਾ। ਕੀ ਕਿਹਾ ਜਾਂਦਾ ਹੈ? ਇਹ ਦੇਖ ਲਓ, ਇਹ ਮਿਸ਼ਰਤ 3 ਅਰਥ ਵਿਵਸਥਾਵਾਂ ਹੁੰਦੀਆਂ, ਸੁਣ ਲਓ। ਨੰਬਰ 1 ਪੂੰਜੀਵਾਦੀ ਅਰਥ ਵਿਵਸਥਾ, ਕੈਪੀਟਲਿਸਟ, ਜਿਹੜੀ ਯੂਰਪ ਦੇ ਦੇਸ਼ਾਂ ਚ ਹੈ। ਨੰਬਰ 2 ਸਾਮਵਾਦੀ ਅਰਥ ਵਿਵਸਥਾ, ਜਿਹੜੀ ਰੂਸ, ਚਾਈਨਾ, ਸਾਮਵਾਦੀ ਦੇਸ਼ਾਂ ਚ ਹੈ। 3 ਹੈਗੀ ਮਿਸ਼ਰਿਤ ਅਰਥ ਵਿਵਸਥਾ, ਮਿਸ਼ਰਿਤ ਮੈਨੇ ਉਹ ਵੀ ਅਤੇ ਉਹ ਵੀ। ਭਾਰਤ ਵਿੱਚ ਕਿਹੜੀ ਹੈ? ਵੈਸੇ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਅਰਥ ਵਿਵਸਥਾ ਦਾ, ਹਾਲੇ ਅਧਿਐਨ ਤਾਂ ਅਰਥ ਵਿਵਸਥਾ ਵੀ ਨੀ ਪਤਾ ਹੋਣੀ। ਇਹ ਚੀਜ਼ 8ਵੀਂ ਕਲਾਸ ਚ ਮੈਨੂੰ, ਜਿਹੜੀ ਮੈਂ 8ਵੀਂ ਪੜ੍ਹਾਈ ਸੀ, ਮੈਨੂੰ ਯਾਦ ਹੈ ਹਲੇ ਵੀ 8ਵੀਂ ਜਦ ਮੈਂ ਪੜ੍ਹਾਈ ਸੀ। ਮੇਰੇ ਬੱਚੇ ਹੁਣ ਸਾਇੰਸ ਦੇ ਵਿੱਚ ਬੈਠੇ ਨੇ ਜਿਹੜੇ ਮੈਂ ਪੜ੍ਹਾਏ ਹੋਏ ਨੇ।
अठवीं च मैं अर्थ व्यवस्थावां न्याणिआं नूं गल समझाती सी, फिर मैं उन्हां नूं एग्जाम्पल पाउंदी हुंदी सी वी फलानी चीज़, वो मैनूं दसदे सीगे वी मैडम इह चीज़, मैं उन्हां नूं एग्जाम्पल पाउणी, उन्हां ने कहिणा मैडम इह पूंजीवादी अर्थ व्यवस्था है, इह चीज़ इह मिश्रित अर्थ व्यवस्था है। हुण जे कल नूं तुहानूं कोई पुछ लवे भारत विच कहिड़ी अर्थ व्यवस्था है, मिश्रित, कहिड़ी है, प्राइवेट भी सार्वजनिक भी। पर भारत हुण झुकाव किधर हो रहे है, चाहुंदा की है भारत वी सरकार दे हथ विच ज्यादा कुछ रहे कि प्राइवेट कर दो, प्राइवेट तो जमीना बेची जाते, बस बेची जाते, एयरलाइन बेचतियां, एयर इंडिया तुहानूं पता, एयर इंडिया तुहानूं पता, एयर इंडिया का नाम सुनिया क्या क्या होंदा, एयर इंडिया च रोटियां बनाते की है, एयर इंडिया के जहाज ने, जहाज ने एयर इंडिया, तुहानूं पता यह पता भी एयर इंडिया विक गई है, एयर इंडिया विक गई किनू बेची, टाटा, किने खरीदी, किने टाटा ग्रुप ने। हाँ वो गल बहुत वधिया है भी जिहड़ा टाटा ग्रुप है बहुत वधिया ग्रुप है साडे ही भारत, पर सरकार हुण सब कुछ बेचण ते आई हुई है भी बेचो प्राइवेट लोकां नूं दिओ, क्योंकि सरकार नूं कम भी नहीं करना पै रहा अते उहनां तों पैसा वधिया मिल जा रहा, समझ आ गई। सो अज संसार दा ट्रेंड किधर है, निजीकरण वल। हुण तीन चीजां समझ आईआं, बोलो कहिड़ी कहिड़ियां, नंबर एक ग्लोबलाइजेशन, नंबर दो उदारीकरण लिबरलाइजेशन, नंबर तीन प्राइवेटाइजेशन निजीकरण, ठीक है जी। इन्हां तिन्नां नूं कहिंदे, तीन अलग शब्द ने पर तिन्नां दा कनेक्ट एक दूजे दे नाल है। हुण हुण थोड़ा जिहा इह समझ आ गया भी आपां लैसन किहड़ा करन लगे हां, हां जी लैसन किहड़ा कर रहे हैं, विश्वीकरण, संसार दी अर्थ व्यवस्था की चल रही है हुण, टाइट के लूज, लूज आयात निर्यात घट रहे हैं कि वध रहे हैं, वध रहे हैं, देशों विचकार व्यापार घट रहे हैं कि वध रहे हैं, वध, एक दूजे देश उत्ते डिपेंडेंसी वध रही कि घट रही, वध रही, आ गई गल समझ। बाकी जिहड़ा है कल नूं मैं तुहानूं कराऊंगी अगले दे विच, ते बेटे जिन्ने लैसन किते होए ने रब दा वास्ता उहनां दी रिवीजन तुसीं, बाकी भी जिहड़े बच्चे सुन रहे ने लैसन यूट्यूब दे उत्ते, तुसीं भी बच्चे अपने सैकिंड टर्म दी तैयारी करनी शुरू करो। थैंक यू वेरी मच।